ਕਨਤਾ ਸ਼੍ਰੋਮਣੀ ਕਾਲਦੀ ਦੀ ਆਨਲਾਈਨ ਯੂਥ ਕਾਲਦੀ ਦੀ ਭਰਤੀ ਮਹਿੰਮ ਦੀ ਸ਼ੁਰੂਆਤ ਕੀਤੀ ਜਿਹੜੀ ਕਿ ਪੂਰੀ ਸੰਸਾਰ ਵਿੱਚ ਜਿੱਥੇ ਉਹ ਪੰਜਾਬ ਵਿੱਚ ਹੋਣੀ ਹੈ ਪੂਰੇ ਦੇਸ਼ ਵਿੱਚ ਹੋਣੀ ਹੈ ਉੱਥੇ ਵਿਦੇਸ਼ਾਂ ਵਿੱਚ ਵੀ ਹੋਣੀ ਹੈ ਇਹ ਵੱਡੀ ਪਹਿਲੀ ਗੱਲ ਹੈ ਕਿਉਂਕਿ ਵਿਦੇਸ਼ਾਂ ਵਿੱਚ ਵੀ ਰਹਿੰਦੇ ਕੋਈ ਕੈਨੇਡਾ ਰਹਿ ਰਿਹਾ ਕੋਈ ਯੂ ਐਸ ਏ ਰਹਿ ਰਿਹਾ ਕੋਈ ਇਟਲੀ ਰਹਿ ਰਿਹਾ ਕੋਈ ਫਰਾਂਸ ਰਹਿ ਰਿਹਾ ਉੱਥੋਂ ਵੀ ਮੈਨੂੰ ਫੋਨ ਆ ਰਹੇ ਨੇ ਕਿ ਅਸੀਂ ਭਰਤੀ ਕਰ ਰਹੇ ਹਾਂ ਕੁਕਿ ਉਹ ਚਾਹੁੰਦੇ ਸੀ ਕਿ ਭਾਵੇਂ ਉਹ ਚਲੇ ਬਾਹਰ ਗਏ ਪਰ ਉਹ ਚਾਹੁੰਦੇ ਸੀ ਕਿ ਅਸੀਂ ਪੰਜਾਬ ਲਈ ਅਜੇ ਦਾ ਦਰਦ ਰੱਖਦੇ ਆ ਕਿ ਉੱਥੇ ਬੈਠ ਕੇ ਵੀ ਅਸੀਂ ਪੰਜਾਬ ਲਈ ਕੋਈ ਆਪਣਾ ਹਾਂ ਦਾ ਨਾਰਾ ਮਾਰ ਸਕੀਏ ਉੱਥੇ ਬੈਠ ਕੇ ਜਥੇਬੰਦੀ ਬਣਾ ਸਕੀਏ ਉਹਨਾਂ ਨੂੰ ਵੀ ਇਸ ਵਿੱਚ ਮੌਕਾ ਦਿੱਤਾ ਗਿਆ ਦੂਜਾ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਕੰਮ ਕੰਮ ਦੇ ਆਧਾਰ ਤੇ ਅੱਗੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਇੱਕ ਤਰ੍ਹਾਂ ਦੇ ਵਿੱਚ ਨਵੀਂ ਪਹਿਲ ਕੀਤੀ ਗਈ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਚਾਹੁੰਦੇ ਨੇ ਤੇ ਸ਼੍ਰੋਮਣੀ ਕਾਲਦੀ ਸਮੁੱਚੀ ਲੀਡਰਸ਼ਿਪ ਚਾਹੁੰਦੀ ਆ ਗੈਰ ਪੰਜਾਬੀਆਂ ਨੂੰ ਗੈਰ ਪੰਜਾਬੀਆਂ ਨੂੰ ਨਾ ਹੋ ਕੇ ਪੰਜਾਬੀਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਲਈ ਕੰਮ ਕਰਨ ਦਾ ਮੌਕਾ ਮਿਲੇ ਜੋ ਅੱਜ ਦੇ ਹਾਲਾਤ ਨੇ ਜਿਵੇਂ ਅੱਜ ਦੀ ਸਰਕਾਰ ਚੱਲ ਰਹੀ ਆ ਕਿ ਪੰਜਾਬ ਦੇ ਵੋਟਰਾਂ ਨੇ ਵੋਟਾਂ ਪਾਈਆਂ ਸਰਕਾਰ ਬਣਾਈ ਪਰ ਉਹਨੂੰ ਚਲਾ ਦਿੱਲੀ ਵਾਲੇ ਰਹੇ ਨੇ ਦਿੱਲੀ ਦੇ ਨੌਜਵਾਨ ਰਘਬ ਚੱਡੇ ਵਰਗੇ ਸੰਦੀਪ ਪਾਠਕ ਵਰਗੇ ਚਲਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਚ ਕੀ ਕਮੀ ਆ ਪੰਜਾਬ ਦੇ ਐਮਐਲਏ ਮੰਤਰੀ ਦੇ ਨਾਲ ਦਿੱਲੀ ਤੋਂ ਆਏ ਹੋਏ ਏਜੰਟ ਬੈਠੇ ਨੇ ਕਿਉਂਕਿ ਕਿਹਾ ਤਾਂ ਉਹਨਾਂ ਨੇ ਆਮ ਲੋਕਾਂ ਨੂੰ ਅੱਗੇ ਕਰ ਲਈ ਪਰ ਆਮ ਘਰਾਂ ਦੇ ਪੁੱਤਾਂ ਨੂੰ ਮਿਲਿਆ ਕੱਖ ਨਹੀਂ ਸਾਰਾ ਕੁਝ ਰਾਜਸੀ ਪ੍ਰਬੰਧ ਪੰਜਾਬ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਪਰ ਇੱਥੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਖੁੱਲਾ ਸੱਦਾ ਦਿੱਤਾ ਕਿਉਂਕਿ ਕਈ ਲੋਕ ਕਹਿੰਦੇ ਨੇ ਕਿ ਰਾਜਨੀਤੀ ਉਹਨਾਂ ਨੇ ਬਹੁਤ ਇੱਕ ਮਾੜਾ ਸ਼ਬਦ ਬਣਾ ਦਿੱਤਾ ਪਰ ਜਦੋਂ ਦੇਸ਼ ਨੂੰ ਚਲਾਉਂਦੀ ਹੋ ਰਾਜਨੀਤੀ ਆ ਡੈਮੋਕ੍ਰੇਸੀ ਆ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਨੂੰ ਚਲਾਉਣ ਲਈ ਇਹਦੇ ਵਿੱਚ ਆਉਣਾ ਪੈਣਾ ਹੈ ਭਾਗੀਦਾਰੀ ਹੋਣਾ ਪੈਣਾ ਤੇ ਉਹ ਭਾਗੀਦਾਰੀ ਲੈਣ ਲਈ ਫਾਰਮੂਲਾ ਕੀ ਆ ਉਹ ਫਾਰਮੂਲਾ ਸਦਸਪਤੀ ਸਿੰਘ ਬਾਦਲ ਲੈ ਕੇ ਆਏ ਨੇ ਕਿ ਮਿਹਨਤ ਕਰੋ ਤੇ ਮਿਹਨਤ ਦੇ ਆ ਤੇ ਪਾਓ ਤੇ ਆਪਣੇ ਦਮ ਤੇ ਅੱਗੇ ਆਓ ਛਪਾਰਸੀ ਕਲਚਰ ਕੋਈ ਨਹੀਂ ਸ਼ਰਮਣੀ ਕਲ ਦਾ ਨਾਂ ਪਹਿਲਾਂ ਚੱਲਦਾ ਸੀ ਜੇ ਕਿਤੇ ਪੰਜਾਬ ਦੇ ਜਿਹੜੇ ਨੌਜਵਾਨੋ ਸ਼ਿਕਵਾ ਸੀ ਉਹ ਸ਼ਿਕਵਾ ਵੀ ਦੂਰ ਕਰ ਦਿੱਤਾ ਕਿ ਇਹ ਕਿਸੇ ਦੇ ਦਿਮਾਗ 'ਚ ਨਾ ਜਾਵੇ ਕੋਈ ਕਿਸੇ ਦੇ ਵਿਚਪਾਰ ਤੇ ਰਿਕਮੈਂਡੇਸ਼ਨ ਕਲਚਰ ਤੇ ਅੱਗੇ ਆ ਜੂਗਾ ਟੋਟਲ ਸਾਰਾ ਕੁਝ ਐਦਾਂ ਦਾ ਨਹੀਂ ਚੱਲੇਗਾ ਪਹਿਲਾਂ ਵੀ ਨਹੀਂ ਚੱਲਦਾ ਸੀ ਜੇ ਕਿਤੇ ਮਾੜੀ ਮੋਟੀ ਗੰਜੈਸ਼ ਸੀ ਨੌਜਵਾਨ ਕਿਤੇ ਸ਼ਿਕਵਾ ਕਰਦੇ ਸੀ ਉਹ ਚੱਕ ਤਾ ਜਮਾਈ ਕੰਮ ਕਿ ਭਰਤੀ ਕਰੋ ਭਰਤੀ ਦੇ ਆਧਾਰ ਤੇ ਆਪਣੀ ਮਿਹਨਤ ਦੇ ਆਧਾਰ ਤੇ ਮਿਹਨਤ ਵਾਲੇ ਕੰਮ ਕਰਨ ਵਾਲੇ ਅੱਗੇ ਆਓ ਜਿਹੜਾ ਕੋਈ ਸਿੰਗਲ ਮੈਨ ਹੋਊਗਾ ਉਹਨੂੰ ਕੋਈ ਸਪਾਰਸ਼ ਹੋਊਗਾ ਕੋਈ ਆਉਦਾ ਨਹੀਂ ਮਿਹਨਤ ਦੇ ਆਧਾਰ ਤੇ ਉਹਦੇ ਮਿਲਣਗੇ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਕੰਮ ਕਰੇਗਾ ਉਹਨੂੰ ਵੱਧ ਤੋਂ ਵੱਧ ਅੱਗੇ ਹੋ ਕੇ ਕੰਮ ਕਰਨ ਦਾ ਮੌਕਾ ਮਿਲੇਗਾ ਦੂਜੀ ਵੱਡੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ 50% ਸੀਟਾਂ ਅਹੁਦੇਦਾਰੀਆਂ ਜਿਹੜੀਆਂ ਉਹ ਨੌਜਵਾਨਾਂ ਲਈ ਰਾਖਵੀਆਂ ਕਰ ਦਿੱਤੀਆਂ ਨੇ ਪਮਾਓ ਬਲਕ ਸੰਤੀਆਂ ਨੇ ਪਮਾਓ ਜ਼ਿਲ੍ਹਾ ਪ੍ਰੀਸ਼ਦ ਨੇ ਪਮਾਓ ਸਰਕਾਰ ਆਉਣ ਤੋਂ ਬਾਅਦ ਕੋਈ ਨੋਮਿਨੇਟ ਪੋਸਟਾਂ ਨੇ ਜਿਹੜੇ ਨੌਜਵਾਨ ਕੰਮ ਕਰਨਗੇ ਉਹ ਨੌਜਵਾਨਾਂ ਨੂੰ ਮਿਲਣਗੀਆਂ ਪਹਿਲਾਂ ਵੀ ਮੈਂ ਦੱਸਣਾ ਚਾਹੁੰਦਾ ਕਿ ਜੇ ਇਸ ਦੀ ਕੋਈ ਪਹਿਲ ਕੀਤੀ ਸੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕੀਤੀ ਸੀ ਮੈਂ ਦੱਸਣਾ ਚਾਹੁੰਦਾ ਕਿ ਭਾਰਤ ਦੇ ਵਿੱਚ ਪੂਰੇ ਭਾਰਤ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਨੌਜਵਾਨਾਂ ਦਾ ਯੂਥ ਡਿਵੈਲਪਮੈਂਟ ਬੋਰਡ ਬਣਿਆ ਹੋਵੇ ਤੇ ਉਹਦਾ ਚੇਅਰਮੈਨ ਅੱਜ ਗੱਲਾਂ ਕਰਦੇ ਨੇ ਕਿ ਅਸੀਂ ਇਹ ਬਣਾਤੇ ਕੈਬਨਟ ਰੈਂਕ ਦਾ ਚੇਅਰਮੈਨ 2009 ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਕਰਨਾਜੀ ਨੂੰ ਸਰਦਾਰ ਸੁਖਬੀ ਸਿੰਘ ਬਾਦਲੀ ਨੇ ਬਣਾ ਦਿੱਤਾ ਸੀ ਉਹਦੇ ਨਾਲ ਵਿਦਿਆਰਥੀਆਂ ਨੂੰ ਕਈ ਵਾਰੀ ਕੋਈ ਸਾਰੀ ਉਮਰ ਲੰਘ ਜਾਂਦੀ ਹੈ ਮਾਰਕੈਂਟ ਕਮੇਟੀ ਦਾ ਮੈਂਬਰ ਬਣ ਲਈ ਪਰ ਇੱਕ ਵਿਦਿਆਰਥੀ ਨੌਜਵਾਨਾਂ ਨੂੰ ਸਟੂਡੈਂਟਾਂ ਨੂੰ ਉਸ ਕੈਬਨਟ ਰੈਂਕ ਦੇ ਬੋਰਡ ਦਾ ਮੈਂਬਰ ਬਣਾ ਦਿੱਤਾ ਸੀ ਜਿਹਦੇ ਚ ਦਾਸ ਵੀ ਮੈਂਬਰ ਸੀ 2009 ਦੇ ਵਿੱਚ ਇੱਕ ਸਟੂਡੈਂਟ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਸੀ ਪਰ ਇੱਕ ਕੈਬਨਟ ਰੈਂਕ ਦੇ ਬੋਰਡ ਦਾ ਮੈਂਬਰ ਸੀ ਹੋਰ ਵੀ ਮੇਰੇ ਨਾਲ ਦੋ ਤਿੰਨ ਜਿਹੜੇ ਮੈਂਬਰ ਸੀ ਉਹ ਸਟੂਡੈਂਟ ਵਿੰਗ ਤੋਂ ਸੀ ਤਿੰਨ ਮੈਂਬਰ ਯੂਥ ਕਲੱਡਰ ਤੋਂ ਸੀ ਸੋ ਕਹਿਣ ਦਾ ਮਤਲਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸ਼ੁਰੂ ਤੋਂ ਇਹ ਸੋਚ ਰੱਖਦੇ ਨੇ ਕਿ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਹੀ ਲਿਆਉਣਾ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣਾ ਨੌਜਵਾਨ ਕੇਵਲ ਝੰਡੇ ਲਾਉਣ ਸਟicker ਲਾਉਣ ਅਤੇ ਨਾਰੇ ਲਾਉਣ ਤੱਕ ਸੀਮਿਤ ਨਾ ਰਹਿਣ ਉਹਨਾਂ ਨੂੰ ਰਾਸੀ ਸ਼ਕਤੀ ਦੇ ਵਿੱਚ ਬਰਾਬਰ ਦੀ ਭਾਗੀਦਾਰੀ ਦਿੱਤੀ ਜਾਵੇ ਬਣਦਾ ਉਹਨਾਂ ਦਾ ਹੱਕ ਦਿੱਤਾ ਜਾਵੇ ਸੋ ਉਹ ਹੱਕ ਦੇਣ ਲਈ ਅੱਗੇ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਪੰਜਾਬ ਦੀ ਸੇਵਾ ਕਰ ਲਈ ਇਹ ਭਰਤੀ ਦਾ ਬਹੁਤ ਡੂੰਗਾ ਮਤਲਬ ਹੈ